बलिए बकरे बना रखे पहला कहते सुखेर प्रधान होना चाहिए कमेटी जो नहीं बनते फिर कहते इन्होंने पास नहीं देंगे एक कोठी जी लिखी जाती है कोठी जो माल लिखा जाता जी इतने माल ही साढ़ा लिखा जाता हाँ मुलाजमान का कोई नहीं कोठी में बंद सारा लिखा जा जे किसी का कोट काटा किसी का इसका उरा का कुछ नहीं है सेक्टरी का कोई कसूर नहीं बेचारे ना कोई कसूर नहीं सेक्टरी साहब का कोई कसूर नहीं और कुछ नहीं अंदर उधर लिखा जाए जी सारा कुछ थोड़ा मैं दौड़ रहा हूँ देखो मेरी तुम्हें बेनती है तुम सरकारी मुलाजम सारे की समझे ठीक है इतने खरीद के बारदाने देखो कोई पक्षपात नहीं होनी चाहिए किसी जे थोड़े से कोई प्रेशर है तुम सू दसो कि प्रेशर है जे देखो धक्का होंगे गल फिर एक गल माड़ी है तो जेडे थो कहें जो दो चार उड़े तुरे फिरते हैं दुखी जो बंदे ने उन्होंने पिछले लगन की लड़ नहीं चाहे गिरधारी है चाहे आह राम जी है वर्गे ने जोड़े थोन कहें भी जे इन भी नहीं देनी है थोड़ा काम है देखना भी क सिफारसी बंदे ने बोली उसे बह के लिखी लिखी गई जी लिखी गई खाते नहीं पर लिखा पैंती पैंती सौ क्विंटल बोली दिखाने मैनेजर साहब एक आरती लिखी 100 क्विंटल एक हजार क्विंटल बोली लिख रखी इन्होंने जी इतने एजेंसियां है चार खरीद कर रही है दो मंत्री साहब एक मिनट जी मैनेजर साहब एक मिनट गल सुनो चाहे जो मर्जी है चाहे तुम जी आपकी खरीद करनी है तुम तो पक्षपात ना करो एक मिनट गल सुनो थोनू जे थो एक लाइन आ खरीदनी है तुम उ फिर सारे की करो बराबर की करो जिंद को जिन्नी आँगी वो मुताबिक करो तुम जे जी थोड़े को जे तुम उस मैं करोगे फिर यदि मैं घट वो खरीद दी देखो जे थो फोन कर दो मैनेजर साहब और गल है जी तुम 6-6 हज़ार क्विंटल दो तीन फर्मा की बोली लिख रखी है दूजी आड़ते 150-200 क्विंटल लिख रखी है जी दसो 6 हज़ार क्विंटल का और 150 क्विंटल का फिजर का फर्क नहीं तो दुकाना थोड़ा रजिस्टर कट के देखो मंत्री साहब इन्हों का ਸਾਡੇ ਆਰਤੀ ਰੋਂਦੇ ਫਿਰਦੇ ਨੇ ਕੋਈ ਗੱਡਾ ਸਟੈਂਡ ਵਾਲਾ ਉਹ ਰੋਂਦੇ ਫਿਰਦੇ ਨੇ ਇੱਧਰ ਵਾਲੇ ਰੋਂਦੇ ਫਿਰਦੇ ਨੇ ਉਹਨਾਂ ਤਿੰਨ ਇਹਨਾਂ ਨੇ ਤਾਂ ਜੇ ਕਾਂਗਰਸ ਦਾ ਤਾਂ ਕੱਛਾ ਪਰ ਲਿਆ ਬੋਲੀ ਲਿਖੀ ਜਾਏਗੀ ਮੰਤਰੀ ਜੀ ਸਿੱਧੀ ਸਪਸ਼ਟ ਜੀ ਬਾਤ ਆ ਕੱਛਾ ਮਾਵੇਂ ਪਰਦੇ ਨਹੀਂ ਹਾਂ ਕੋਠੀ ਮੈਂ ਮਾਲ ਲਿਖਿਆ ਜਾ ਜੀ ਕੋਠੀ ਮੈਂ ਮੈਨੇਜਰ ਇਨਸਪੈਕਟਰ ਸੈਕਟਰੀ ਤੋਂ ਬੋਲੀ ਕੇ ਬੱਕਰੇ ਬਣਾ ਰਹੇ ਹਨ ਇਨਕਾ ਕਸੂਰ ਨਹੀਂ ਹੈ ਸਰ ਇਨਕਾ ਜਮੇ ਕਸੂਰ ਨਹੀਂ ਹੈ ਹਾਂ ਇਹ ਕੀ ਕਰਨ ਜੀ ਨਾ ਨਾ ਉੱਪਰ ਕੋਠੀ ਮੈਂ ਤਾਂ ਲਿਖਿਆ ਕਸੂਰ ਹੈ ਨਾ ਹਾਂ ਦੇਖਣਾ ਤਾਂ ਇਹਨਾਂ ਨੇ ਹਾਂ ਕਸੂਰ ਆਪਾਂ ਦੇ ਇਹਨਾਂ ਦਾ ਕਮਾਂਗੇ ਹੋਰ ਕਿਹਦਾ ਕਸੂਰ ਹੋਰ ਬੰਦਾ ਠਹਿਰ ਗਿਆ ਕਾਲਾ ਦਾ ਲਿਖਿਆ ਹੁਣ ਬਹਿ ਜਾ ਇੱਕ ਮਿੰਟ ਕੱਲ 45 ਇਕੱਠਾ ਮਾਰਦੇ ਨੇ ਪਤਾ ਹੀ ਨਹੀਂ ਲੱਗਿਆ ਹੋਰ ਮੰਡੀ ਜਦੋਂ ਨਾ ਮੂਡ ਪ੍ਰੋਬਲਮ ਲੈਣੇ ਪ੍ਰੋਬਲਮ ਹੋਈ ਸੀ ਉਹ ਬੇਰਾਸ ਦਾ ਬੁਰਾ ਹਾਲ ਆ ਜੀ ਮੰਡੀ ਕਰੋ ਖਰਾਬ ਕਰ ਰਹੀ ਹੈ ਸਿਰਫ ਪੋਲੀਟੀਕਲ ਐਟਿੰਡ ਸਾਹਿਬ ਬੇਰਾਸ ਵਾਲੇ ਜ਼ਿਆਦਾ ਤੰਗ ਕਰ ਰਹੇ ਨੇ ਜੀ ਸਾਰਾ ਸਿਸਟਮ ਖਰਾਬ ਬੇਰਾਸ ਵਾਲੇ ਬਿਲਕੁਲ ਨਹੀਂ ਦੇ ਰਹੇ ਜੀ ਇਮਾਰਤ ਦਾ ਨੰਬਰ ਹੀ ਨਹੀਂ ਆਉਂਦਾ ਮਾਮਾ ਆਉਂਦਾ ਦੀ ਪਾਰਟੀ ਮਾਰੋ ਸੁਣਦੇ ਵਾਲਾ ਨਹੀਂ ਕੋਈ ਇਨਸਪੈਕਟਰ ਨਹੀਂ ਸੁਣਦਾ ਬੇਰਾਸ ਦਾ ਕੋਈ ਕੁਝ ਨਹੀਂ ਸੁਣਦਾ ਜੀ ਕੋਈ ਬਾਰਦਾਨ ਨਹੀਂ ਹੈਗਾ ਜੀ ਜੀ ਸਾਡੇ ਕਨੌਲੀ ਮੰਡੀ 'ਚ ਬੜੀ ਪ੍ਰੋਬਲਮ ਆ ਰਹੀ ਹੈ ਖਰੀਦ ਦੀ ਇੱਥੇ ਨਾ ਜੀ ਬਿਲਕੁਲ ਪੱਖਪਾਤ ਹੋ ਰਹੀ ਹੈ ਜਿਹਨੂੰ ਉਸ ਹਾਂ ਉਹਨਾਂ ਨੂੰ ਤੁਸੀਂ ਆਪਣੇ ਅਫਸਰਾਂ ਨੂੰ ਕਹੋ ਵੀ ਜੀ ਸਾਰਿਆਂ ਦੇ ਲਾਉਣ ਜਿਹੜੀ ਕਣਕ ਲੱਗਦੀ ਹੈ ਉਹ ਵੀ ਕਰਦੇ ਨੇ ਦੋ ਚਾਰ ਦੁਕਾਨਾਂ ਜਿਹੜੀਆਂ ਤਾਂ ਕਾਂਗਰਸੀ ਦੀਆਂ ਉਹਨਾਂ 'ਤੇ ਤਾਂ ਲਾਏ ਆਉਂਦੇ ਨੇ ਦੂਜਿਆਂ 'ਤੇ ਇੱਕ ਥਾਂ 'ਤੇ ਇੱਕ ਦੁਕਾਨ 'ਤੇ 6-6 ਹਜ਼ਾਰ ਗੱਟਾ ਲੱਗੇ ਇੱਕ 'ਤੇ 200-300 ਗੱਟਾ ਇਸੇ ਤਰ੍ਹਾਂ ਬਾਰਦਾਨਾ
ਉਹ ਹੁਣ ਮੇਰੀ ਗੱਲ ਸੁਣੋ, ਕਾਂਗਰਸ ਆਫਿਸ 'ਚੋਂ ਕਹਿੰਦੇ ਨੇ ਜੀ ਇਹਨੂੰ ਬਾਰਦਾਨਾ ਦਿਓ, ਇਹਨੂੰ ਦਿਓ, ਇਹਨੂੰ ਦਿਓ, ਇਹਨੂੰ ਨਾ ਦਿਓ। ਇਹ ਤਾਂ ਪਹਿਲੀ ਵਾਰ ਦੇਖਿਆ ਜੀ ਮੈਂ ਇਕੱਲੇ ਖਨੌਰੀ ਮੰਡੀ 'ਚ। ਇਹ ਖਨੌਰੀ ਮੰਡੀ ਦਾ ਸਪੈਸ਼ਲੀ ਤੁਹਾਨੂੰ ਮੈਂ ਦੱਸ ਰਿਹਾ ਜੀ, ਖਨੌਰੀ ਮੰਡੀ ਦਾ ਸਾਰੇ ਰੋ ਰਹੇ ਨੇ, ਇੱਕ ਬੰਦਾ ਤਾਂ ਝੂਠ ਬੋਲ ਸਕਦਾ, ਸਾਰੇ ਤਾਂ ਝੂਠ ਬੋਲ ਸਕਦੇ। ਦੇਖੋ ਵਿਚਾਰੇ ਦੁਖੀ ਨੇ, ਗੱਲ ਇਹ ਵੀ ਜਿਹਦੀ ਜਿਹਦੀ ਪਹੁੰਚ ਹੈ, ਜੇ ਮਤਲਬ ਇਕੱਲਾ ਗੱਤਾ ਉਹ ਦੇਣਾ। ਦੇਖੋ ਇਹ ਗੱਲ ਕਰਨਾ, ਜਿਹੜੇ ਬੰਦਾ ਕਿਸੇ ਵੀ ਸਿਫਾਰਿਸ਼ ਵਿੱਚ ਕੰਮ ਦਾ ਉਹ ਤਾਂ ਹੋਣਾ ਚਾਹੀਦਾ, ਤੁਸੀਂ ਤਾਂ ਸਾਰਿਆਂ ਦਾ ਬਰਾਬਰ ਕਰੋ। ਦੇਖੋ ਅੱਜ ਤੋਂ ਬਾਅਦ ਜਿਹੜਾ ਹੋ ਗਿਆ ਪਿੱਛੇ ਪਰ ਤੁਹਾਨੂੰ ਜੋ ਹੁਣ ਤੁਸੀਂ ਜੋਬ ਕਰਨਾ ਮੈਰਿਟ 'ਤੇ ਕਰੋ, ਸਾਰਿਆਂ ਨੂੰ ਦਿਓ ਹਿੱਸੇ ਬਹਿੰਦੇ, ਜੇ ਘੱਟ ਆਉਂਦਾ ਘੱਟ ਦੇ ਦਿਓ, ਘੱਟ ਦੇ ਦਿਓ, ਠੀਕ ਹੈ। ਆਪਾਂ ਨੂੰ ਇਹ ਕਹਿਣਾ ਕੋਈ ਅਗਲਾ ਰੌਲਾ ਤਾਂ ਨਹੀਂ ਆਉਂਦਾ, ਵੀ ਜਿੰਨੀਆਂ ਇੰਨੀਆਂ ਦੁਕਾਨਾਂ ਨੇ ਇੰਨਾ ਹੈਗਾ ਇਹਨਾਂ ਦੇ। ਸਰ ਅਸੀਂ 32 ਗੱਠ ਲੈ ਕੇ ਆਏ ਹਾਂ, ਇੱਕ ਮਿੰਟ 75 ਦਾ ਸੁਣੋ, ਰੇਸੋ ਮੈਂ ਗੱਲਾਂ ਰਿਕਾਰਡ ਲੈ ਲੂੰ, ਰੇਸੋ ਮੁਤਾਬਕ ਵੰਡ ਗਿਆ, ਪਹਿਲਾਂ 10% 7% ਮੇਰੀ ਗੱਲ ਸੁਣੋ, ਹੋ ਗਿਆ। ਦੇਖੋ ਅੱਗੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ, ਇਹ 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 ਮੈਂ ਤੁਹਾਡੇ ਤੋਂ ਵਿਸ਼ਵਾਸ ਚਾਹੁੰਦਾ ਗਾ, ਬਾਕੀ ਬਰਾਬਰ ਰੱਖੋ, ਜੇ ਤੁਹਾਨੂੰ ਕੋਈ ਪ੍ਰੋਬਲਮ ਹੋਈ ਮੈਨੂੰ ਦੱਸੋ। ਅੱਜ ਨਹੀਂ ਜੀ, ਤੁਹਾਨੂੰ ਕੋਈ ਹੈੱਡ ਆਫਿਸ ਤੰਗ ਕਰਦਾ ਹੈ, ਤੁਹਾਨੂੰ ਹੈੱਡ ਆਫਿਸ ਤੋਂ ਕੋਈ ਫੋਨ ਆਉਂਦਾ ਹੈ, ਮੈਂ ਕੋਈ ਕਿਸੇ ਵੀ ਪਾਰਟੀ ਦਾ ਉਹਨੂੰ ਬਰਾਬਰ ਰੱਖੋ, ਚਾਹੇ ਕੋਈ ਅਕਾਲੀ ਦਲ ਦਾ, ਚਾਹੇ ਕਾਂਗਰਸ ਦਾ, ਚਾਹੇ ਆਮ ਆਦਮੀ ਪਾਰਟੀ ਦਾ, ਚਾਹੇ ਕਿਸੇ ਪਾਰਟੀ ਨਾਲ ਵੀ ਨਹੀਂ ਜੁੜਿਆ ਹੋਇਆ, ਤੁਸੀਂ ਸਾਰਿਆਂ ਨੂੰ ਬਰਾਬਰ ਰੱਖੋ, ਮੇਰੀ ਤੁਹਾਨੂੰ ਇਹੀ ਜ਼ਰੂਰਤ। ਇਹਨਾਂ ਦੇ 45 ਕਿਸੇ ਆਈਟੀਜੀ ਨੇ ਵੀ ਕੀ ਬੋਲਿਆ ਸਾਰਿਆਂ ਨੂੰ? ਬਾਰਦਾਨੇ ਦੀ ਪ੍ਰੋਬਲਮ ਨਹੀਂ, ਮੈਂ ਬਾਰਦਾਨੇ ਲਿਖਣ ਕਰਨੀ ਉਹ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਬਾਰਦਾਨੇ ਤੋਂ ਮੈਂ ਅੱਜ ਹੁਣ ਕਰਦਾ ਗੱਲ, ਕਿਤੇ ਮੈਨੂੰ ਤਾਂ ਕੌਨਫਰੈਂਸ 'ਚ ਨਹੀਂ ਸਕਦਾ ਮੇਰਾ ਹੀ ਇਹ ਜਿਹਾ ਕੋਈ ਸਿਸਟਮ ਦੀ ਮਿਸਟਰੀ 50 ਪੜਨਾ।